ਸਾਜ ਕੀ ਨਾਂ ਤੁਹਾਡਾ ਸਾਬਰੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਪੱਖੀ ਠੱਠੀ ਤੇ ਕਿੰਨੇ ਅਰਸੇ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ 30 40 ਸਾਲ ਤੋਂ ਹੈ ਜੀ 30 40 ਸਾਲ ਤੋਂ ਸ਼ਾਦੀ ਨਹੀਂ ਕੀਤੀ ਨਹੀਂ ਸ਼ਾਦੀ ਕਰਕੇ ਕੀ ਲੈਣ ਸ਼ਾਦੀ ਕਰਨੀ ਕੀਤੀ ਤੇ ਜਦੋਂ ਜਵਾਨੀ ਚ ਹੈਗੇ ਸੀ ਉਦੋਂ ਕੀ ਹੈ ਫੰਕਸ਼ਨ ਵਗੈਰਾ ਕਰਦੇ ਸੀ ਉਦੋਂ ਫੰਕਸ਼ਨ ਵਧਾਈਆਂ ਉਦੋਂ ਜੋਬਨ ਸੀ ਅੱਛਾ ਜੋਬਨ ਸੀ ਹਾਂ ਵਾਹ 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 ਤੇ ਕਿੰਨਾ ਅਰਸਾ ਹੋ ਗਿਆ ਕੰਮ ਕਰਦੇ ਹੋ ਉਸਤਾਦ ਜੀ 40 40 ਸਾਲ ਐਸਾ ਬੰਦਾ ਕਿ ਬਚਪਨ ਤੋਂ ਹੀ ਤੁਸੀਂ ਇਹ ਕੰਮ ਸ਼ੁਰੂ ਕਰਤਾ ਸੀ ਜੀ ਜਨਾਬ ਤੇ ਕੋਈ ਅਫਸੋਸ ਤੇ ਹੁੰਦਾ ਇਸ ਕੰਮ ਤੇ ਅਫਸੋਸ ਥੋੜਾ ਹੁੰਦਾ ਸਾਰੀ ਦਿਹਾੜੀ ਟੁੱਟਦੀਆਂ ਨੇ ਲੱਤਾਂ ਮੰਗਨੇ ਪਿੰਨੇ ਆ ਤੁਹਾਨੂੰ ਪਤਾ ਥੋੜੀ ਮੁਸੀਬਤ ਹੁੰਦੀ ਮੁਸੀਬਤ ਹੁੰਦੀ ਕੱਲੇ ਕੱਲੇ ਦੀ ਗੱਲ ਸੁਣਨੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਕਿ ਹੁਣ ਬੁਢਾਪੇ ਚ ਆ ਕੇ ਕੋਈ ਹੱਜ ਉਮਰਾ ਕਰਨ ਦਿਲ ਕਰਦਾ ਬੜਾ ਦਿਲ ਕਰਦਾ ਜੀ ਮਰ ਜਾਣਾ ਜ਼ਿੰਦਗੀ ਦਾ ਕੀ ਪਤਾ ਕਿਹੜੇ ਟਾਈਮ ਮੁੱਕ ਜਾਣੀ ਇਹੋ ਜਿਹਾ ਹੱਜ ਹੋ ਜਾਵੇ ਤੇ ਹੋਰ ਅੱਲਾ ਤੋਂ ਲੈਣਾ ਕੀ ਅੱਛਾ ਤੇ ਤੁਹਾਡੇ ਜਿਹੜੇ ਰਿਸ਼ਤੇਦਾਰਾਂ ਦਾ ਤੁਹਾਨੂੰ ਕੀ ਬਿਹੇਵੀਅਰ ਹੈ ਕਹਿੰਦਾ ਮੁਸੇ ਕਿਹਸਾ ਰਵਈਆ ਕਿਹਸਾ ਉਹਨਾਂ ਦਾ ਨਹੀਂ ਅੱਛਾ ਰਵਈਆ ਉਹਨਾਂ ਲੋਕਾਂ ਦਾ ਵੀ ਬਸ ਸਾਨੂੰ ਤਾਂ ਫਿਰ ਤੁਹਾਨੂੰ ਪਤਾ ਆਦਤ ਹੁੰਦੀ ਹੈ ਨਾ ਸੇ ਨਹੀਂ ਬਾਦ ਬਰਾਦਰੀਆਂ ਦੇ ਵਿੱਚ ਲੋਕੇ ਮੂੰਹ ਨਹੀਂ ਲਾਉਂਦਾ ਕਿ ਤੂੰ ਸਾਡੀ ਬਰਾਦਰੀ ਦਾ ਮੂੰਹ ਕਟਾਤਾ ਇੰਜ ਕਰਤਾ ਸਾਡੇ ਪਿਓ ਦਾਦੇ ਦਾ ਇੰਜ ਕਰ ਦਿੱਤਾ ਕੋਈ ਇਹੋ ਜਿਹਾ ਇਸ਼ੂ ਇਹ ਤਾਂ ਗੱਲਾਂ ਫਿਰ ਕਰਦੇ ਹੀ ਹੁੰਦੇ ਨੇ ਅਗਲੇ ਅੱਛਾ ਇਹ ਗੱਲਾਂ ਕਰਦੇ ਹੁੰਦੇ ਨੇ ਤੇ ਹੋਰ ਉੱਥੋਂ ਫਿਰ ਤਦੀ ਦਾ ਅਗਾ ਆਈਦਾ ਅੱਛਾ ਤਦੀ ਅਗਾ ਆਈਦੇ ਤਾਂ ਪਿੱਛੇ ਆਪਣੇ ਜਾਂਦੇ ਜੀ ਪਿੰਡ ਵਗੈਰਾ ਘਰ ਵਗੈਰਾ ਜਾਂਦੇ ਜਾਂਦੇ ਜੀ ਮਾਂ-ਬਾਪ ਨੂੰ ਮਿਲਦੇ ਜੀ ਮਾਂ-ਪਿਓ ਕੋਲ ਭੈਣਾ ਭਰਾਵਾਂ ਕੋਲ ਜਾਣਾ ਪੈਂਦਾ ਜਨਾਬ ਇਹੀ ਤਾਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਖਾਸ ਤੇ ਕੀ ਤੁਹਾਨੂੰ ਮਾਸ਼ਰੇ ਚ ਜਿਹੜੀ ਇੱਜ਼ਤ ਮਿਲਣੀ ਚਾਹੀਦੀ ਮਿਲਦੀ ਹੈ ਆਪਸ ਵਿੱਚ ਬੈਠੇ ਇੱਜ਼ਤ ਬਸ ਤੁਹਾਡੇ ਲੋਕ ਹੀ ਸਾਨੂੰ ਗਰੀਬਾਂ ਨੂੰ ਦਿੰਦੇ ਨੇ ਹੋਰ ਕਿਨੇ ਦੇਣੀ ਹੈ ਸਾਨੂੰ ਇੱਜ਼ਤ ਬਰਾਦਰੀ ਵਗੈਰਾ ਕੋਈ ਸਪੋਰਟ ਨਹੀਂ ਕਰਦੀ ਬਲਾਦਰੀ ਭਟਾਉਂਦੀ ਹੈ ਸਗੋਂ ਕਹਿ ਦਿੰਦੀ ਹੈ ਨਾ ਕਰੋ ਤੇ ਜਿਹੜੇ ਹੈਗੇ ਨੇ ਮਾਂ-ਬਾਪ ਵਗੈਰਾ ਉਹ ਤੁਹਾਨੂੰ ਸਪੋਰਟ ਕਰਦੇ ਨੇ ਨਹੀਂ ਉਹ ਵੀ ਰੋਕਦੇ ਨੇ ਫਿਰ ਅਸੀਂ ਆਪਣੇ ਮਰਜ਼ੀ ਤੋਂ ਜਾਣਾ ਹੁੰਦਾ ਕਰੀਏ ਕੀ ਫਿਰ ਮਰਜ਼ੀ ਤੋਂ ਜਾਣਾ ਹੁੰਦਾ ਹੈਗਾ ਜੀ ਸ਼ੁਰੂ ਸ਼ੁਰੂ ਚ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਉਦੋਂ ਕੁੱਟ ਵੀ ਤੁਸੀਂ ਬੜੀ ਖਾਦੀ ਹੋਣੀ ਹੈ ਜੀ ਉਹ ਜੀ ਫਿਰ ਉਹ ਤਾਂ ਭੈਣਾ ਭਾਈ ਫਿਰ ਤੈਨੂੰ ਪਤਾ ਪਰੇਸ਼ਾਨ ਹੁੰਦੇ ਨੇ ਤੇ ਫਿਰ ਇਸ ਗੱਲੋਂ ਰੋਕਦੇ ਨੇ ਤੇ ਸਾਡਾ ਫਿਰ ਤੈਨੂੰ ਪਤਾ ਜਿੰਨਾ ਚਿਰ ਸੰਗਤ ਸਹੇਲੀ ਚ ਨਾ ਰਲੀਏ ਫਿਰ ਸਕੂਨ ਨਹੀਂ ਆਉਂਦਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਕਿ ਜਦੋਂ ਤੁਸੀਂ ਆਪਣੀ ਜੋਬਨ ਤੇ ਸੀ ਜਵਾਨੀ ਤੇ ਸੀ ਉਦੋਂ ਤੁਸੀਂ ਚਲੋ ਫੰਕਸ਼ਨ ਅਟੈਂਡ ਕਰ ਲਿੱਤਾ ਵਧਾਈਆਂ ਇਕੱਠੇ ਕਰ ਲਿੱਤੇ ਕਿਸੇ ਵਾਰ ਮੁੰਡਾ ਹੋ ਗਿਆ ਕਿਸੇ ਵਾਰ ਤੇਲ ਮਹਿੰਦੀ ਹੋ ਗਈ ਬਰਾਤ ਤੇ ਚਲੇ ਗਏ ਨੱਚ ਲਿੱਤਾ ਟੱਪ ਲਿੱਤਾ ਤੇ ਹੁਣ ਆ ਕੇ ਤੁਸੀਂ ਉਹ ਤਾਂ ਕੰਮ ਨਹੀਂ ਹੁੰਦੇ ਤੇ ਹੁਣ ਤੁਸੀਂ ਮੰਗਣਾ ਸ਼ੁਰੂ ਕਰ ਦਿੱਤਾ ਹੈਗਾ ਉਹ ਜਨਾਬ ਅੱਗੇ ਤਾਂ ਵਧਾਈਆਂ ਹੁੰਦੀਆਂ ਸੀ ਨਾ ਹੁਣ ਤੁਹਾਨੂੰ ਪਤਾ ਬਾਜ਼ਾਰਾਂ ਦਾ ਕੰਮ ਰਹਿ ਗਿਆ ਬਾਜ਼ਾਰਾਂ 'ਚ ਰੋਟੀ ਪਾਣੀ ਅੱਲਾ ਦੇ ਦਿੰਦਾ ਆਪਣਾ ਗੁਜ਼ਾਰਾ ਹੋ ਜਾਂਦਾ ਇਸ ਦੁਨੀਆ ਤੋਂ ਲਿਜਾਣਾ ਕੀ ਇੱਥੇ ਸਭ ਕੁਝ ਰਹਿ ਜਾਣਾ ਫਿਰ ਕੋਈ ਆਖਰੀ ਖਵਾਈ ਚਲੋ ਆਖਰੀ ਗੱਲ ਤੁਹਾਡੇ ਕੋ ਪੁੱਛੀ ਆਖਰੀ ਇਹੀ ਦੱਸੀ ਹੈ ਜਿਹੜੀ ਤੁਹਾਨੂੰ ਵੀ ਦੁਨੀਆ ਤੋਂ ਲੈ ਕੇ ਜਾਣਾ ਹੈ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਆਪਣਾ ਜ਼ਿੰਦਗੀ ਦਾ ਟਾਈਮ ਇਹ ਪੂਰਾ ਕਰਦੇ ਫਿਰਨੇ ਆ ਹੋਰ ਕੀ ਸੋਹਣਿਆ ਇੱਥੇ ਤੇ ਕੰਮ ਛੱਡਣ ਦਿਲ ਨਹੀਂ ਕਰਦਾ ਕੰਮ ਛੁੱਟਿਆ ਹੀ ਛੁਟਾਇਆ ਕਿਹੜਾ ਸੀ ਹੁਣ ਕੋ ਨਾ ਫੰਕਸ਼ਨ ਕਰਨੇ ਆ ਨਾ ਮਹਿੰਦੀ ਲਾਉਣੇ ਆ ਨਾ ਤੇਲ ਲਾਉਣੇ ਆ ਹੁਣ ਬਸ ਨਿਰਾ ਰੋਟੀ ਪਾਣੀ ਅੱਲਾ ਦੇ ਰਾਹ ਦਾ ਲੈ ਕੇ ਖਾ ਪੀ ਲੈਣੇ ਚਲੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਤੁਹਾਨੂੰ ਵੀ ਸਿਹਤ ਦੇਵੇ ਮਾਲਕ ਜ਼ਿੰਦਗੀ ਆਉਣ ਤੁਹਾਡੀ ਹਾਂਜੀ